ਸਤਿ ਸ਼੍ਰੀ ਅਕਾਲ ਜੀ ਦੋਸਤੋ, ਨਰਸੜ ਐਚਰੀ ਦੀ ਪੰਜਾਬੀ ਪੇਸ਼ਕਾਸ਼ ਦੇ ਵਿੱਚ ਤੁਹਾਡਾ ਫਿਰ ਫਿਰ ਸਵਾਗਤ ਹੈ। ਹੁਣ ਮੈਂ ਤੁਹਾਨੂੰ ਇੱਕ ਦਿਖਾ ਰਿਹਾ ਕਿ ਨਵਾਂ ਪੰਜਾਬੀ ਚੈਨਲ ਚੈਨਲ ਦਾ ਨਾਮ ਹੈ ਜੀ ਚੈਨਲ ਦਾ ਨਾਮ ਹੈਗਾ ਜੀ ਸ਼ੋ ਬਾਕਸ। ਇੱਕ ਨਵਾਂ ਪੰਜਾਬੀ ਚੈਨਲ ਜਿਹੜਾ ਲਾਂਚ ਹੋਇਆ ਜੀ ਇਨਸੈਟ 4 ਏ ਦੇ ਉੱਤੇ। ਇਹ ਸੈਟੇਲਾਈਟ ਚੈਨਲ ਹੈ ਜੀ ਅਤੇ ਬਿਲਕੁਲ ਫ੍ਰੀ ਹੈ ਜੀ। ਖੁਸ਼ੀ ਵਾਲੀ ਗੱਲ ਇਹੀ ਹੈ ਵੀ ਇਹ ਵੀ ਫ੍ਰੀ ਟੂ ਏਅਰ ਲਾਂਚ ਹੋਇਆ ਜੀ। ਕੁਆਲਿਟੀ ਬੜੀ ਅੱਛੀ ਹੈ ਜੀ ਅਤੇ ਇੰਟਰਵਿਊ ਵੀ ਚੱਲਦੇ ਨੇ ਪੰਜਾਬੀ ਸਟਾਰਸ ਦੇ, ਸਿੰਗਰਸ ਦੇ। ਅਤੇ ਇਹ ਤੁਹਾਨੂੰ ਮਿਲੇਗਾ ਜੀ 3925 ਜਿਹੜੀ ਇਹਦੀ ਡਾਊਨਲਿੰਕ ਫ੍ਰੀਕੁਐਂਸੀ ਆ, ਹੋਰੀਜੋਂਟਲ ਪੋਲਰਾਈਜੇਸ਼ਨ ਹੈਗੀ ਜੀ ਇਹਦੀ 2850 ਜੀ ਇਹਦੀ ਸਿੰਬਲ ਰੇਟ ਆ। ਅਤੇ ਇਨਸੈਟ 4 ਏ ਦੇ 83 ਡਿਗਰੀ ਈਸਟ ਦੇ ਉੱਤੇ ਆਪਾਂ ਨੂੰ ਮਿਲ ਜੂ ਜੀ। ਇਹ ਬਹੁਤ ਅੱਛੀ ਕੁਆਲਿਟੀ ਹੈ ਜੀ ਚੈਨਲ ਦੀ ਵੀ, ਅਤੇ ਨਾਲ ਹੀ ਇਹ ਬਿਲਕੁਲ ਫ੍ਰੀ ਟੂ ਏਅਰ ਆ। ਦੇਖ ਲਓ ਤੁਸੀਂ ਖੁਦ ਇਹਦੀ ਕੁਆਲਿਟੀ। ਅਤੇ ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਜੀ, ਤੁਸੀਂ ਨੈਟਸੈਟ HD ਚੈਨਲ ਦੇਖ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸੋ। ਬਹੁਤ ਹੀ ਘੈਂਟ ਚੈਨਲ ਹੈ ਜੀ, ਇਹਨੇ ਹੋਰ ਵੀ ਜੋ ਵੀ ਅੱਛੇ ਨਵੇਂ ਨਵੇਂ ਚੈਨਲ ਲਾਂਚ ਹੁੰਦੇ ਰਹਿਣਗੇ ਉਹਨਾਂ ਦੀ ਸਾਰੀ ਡਿਟੇਲ ਤੁਹਾਡੇ ਲਈ ਮੈਂ ਲਿਆਉਂਦਾ ਰਹੂੰਗਾ। ਅਤੇ ਦੁਬਾਰਾ ਫਿਰ ਦੇਖ ਲਓ ਜੀ, ਗੌਰ ਦੇ ਨਾਲ ਇਹਦਾ ਲੋਗੋ ਥੋੜ੍ਹਾ ਜਿਹਾ ਐਨੀਮੇਟਡ ਜਿਹਾ ਲੋਗੋ ਆ, ਅਤੇ ਉੱਪਰ ਲਿਖਿਆ ਹੁੰਦਾ ਵਾ ਸ਼ੋ ਬਾਕਸ, ਅਤੇ ਕਦੇ ਕਦੇ ਗਾਇਬ ਹੋ ਜਾਂਦਾ। ਬੜਾ ਘੈਂਟ ਚੈਨਲ ਹੈ ਜੀ, ਵੀ ਕੁਆਲਿਟੀ ਬੜੀ ਘੈਂਟ ਹੈ ਜੀ ਇਹਦੀ, ਅੱਛੀ ਕੁਆਲਿਟੀ ਜੀ। ਸਾਊਂਡ ਦੀ ਵੀ ਬਹੁਤ ਅੱਛੀ ਕੁਆਲਿਟੀ ਹੈ ਅਤੇ ਪਿਕਚਰ ਕੁਆਲਿਟੀ ਵੀ ਬਹੁਤ ਅੱਛੀ ਹੈ ਜੀ ਇਹਦੀ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਦੇਖਣ ਦੇ ਲਈ। ਅਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਨੈਟਸੈਟ HD ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਅਤੇ ਇੱਕ ਤੁਹਾਡੇ ਸਾਹਮਣੇ ਹੋਰ ਬੇਨਤੀ ਵੀ, ਤੁਸੀਂ ਕਹੋਗੇ ਵੀਡੀਓ SD 'ਤੇ ਅਪਲੋਡ ਕੀਤੀਆਂ ਕਰੇ ਕਰ ਰਹੇ ਨੇ ਅਤੇ ਚੈਨਲ ਦਾ ਨਾਮ HD ਆ, ਅਤੇ ਇਹ ਥੋੜ੍ਹੀ ਜਿਹੀ ਇੱਦਾਂ ਹੁੰਦਾ ਵੀ ਜ਼ਿਆਦਾ ਜਿਹੜੀ MB ਦੇ ਵਿੱਚ ਨਾ ਚਲੀ ਜਾਏ ਵੀਡੀਓ, ਇਸਦੀ SD ਕੁਆਲਿਟੀ ਦੇ ਉੱਤੇ ਅਪਲੋਡ ਕਰ ਰਿਹਾ ਹੈਗਾ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਨੈਟਸੈਟ HD ਚੈਨਲ ਦੇਖਣ ਦੇ ਲਈ।